ਮੈਂ ਹੈਰਾਨ ਆ ਕਿ ਸਾਡੇ ਲੀਡਰਜ਼ ਨੇ ਕਿਸ ਤਰ੍ਹਾਂ ਕੀ ਉੱਪਰ ਹਾਈ ਕਮਾਂਡ ਨੂੰ ਦੱਸਿਆ ਕਿ ਇਹ ਜਿਹੜਾ 10 ਸਾਲ ਪੁਰਾਣਾ ਬੰਦਾ 10 ਸਾਲ ਚ ਤਾਂ ਬੱਚਾ ਜਵਾਨ ਹੋ ਜਾਂਦਾ ਹੈ ਜੀ ਉਹਨੂੰ ਤੁਸੀਂ ਸਾਡੇ ਮੱਥੇ ਮੜਤਾ ਜਿਹੜੀ ਸੀਟ ਅਸੀਂ 450 ਤੇ ਜਿੱਤੀ ਸੀ ਉਹ 80 ਵੋਟਾਂ ਪਈਆਂ ਇਹ ਤਰੀਕਾ ਇੱਥੇ ਸਾਂਨੇ ਵਾਲੀ ਕਾਂਗਰਸ ਦਾ ਇਹਨਾਂ ਨੇ ਆ ਹਲ ਕੀਤਾ ਹੋਇਆ ਲੀਡਰਾਂ ਨੇ ਅੱਜ ਤੁਸੀਂ 10 ਸਾਲ ਪੁਰਾਣਾ ਲੀਡਰ ਚੱਕ ਕੇ ਸਾਡੇ ਮੱਥੇ ਮਾਰਿਆ ਤੰਮੜੇ ਕਿ ਤੁਸੀਂ ਇਸ ਤਰ੍ਹਾਂ ਦੀ ਗੇਮ ਚਲਾ ਕੇ ਇਹਨਾਂ ਨਸਾਨੇ ਵਾਲ ਨੂੰ ਇੱਕ ਜਕੜਿਆ ਹੋਇਆ ਅਕਾਲੀ ਦਲ ਨੇ ਮੈਂ ਲੋਕਾਂ ਨੂੰ ਕਹਿਣਾ ਚਾਹੂੰਗੀ ਪੁੱਛਣਾ ਜ਼ਰੂਰ ਕਿ ਜਿਹੜਾ ਬੰਦਾ ਤੁਹਾਡੇ ਤੋਂ ਵੋਟ ਮੰਗਣ ਆਉਂਦਾ ਹੈ ਤੂੰ ਕੀ ਕੀਤਾ ਜ਼ਿੰਦਗੀ 'ਚ ਮਿਹਨਤ ਕੀਤੀ ਕਦੇ ਔਰ ਦੂਜੀ ਗੱਲ ਫਿਰ ਇਸ ਪਰਿਵਾਰ 'ਚ ਮੇਰਾ ਵਿਆਹ ਹੋਇਆ ਜਿਹੜਾ ਕਾਂਗਰਸ ਨਾਲ ਜੁੜਿਆ ਹੋਇਆ ਸੀਗਾ ਹੈ ਜੀ ਤੇ ਮੈਂ ਉੱਥੇ ਸੇਵਾ ਕਰਨੀ ਸੀ ਬੜਾ ਡਟਕੇ ਕਿਉਂਕਿ 75 ਸਾਲ ਦੀ ਸਾਡੀ ਕਾਂਗਰਸ ਨਾਲ ਜੁੜਾ ਇਹ ਪਰਿਵਾਰ ਸੀਗਾ ਔਰ ਸਾਡੇ ਤਾਇਆ ਜਿਹਨੂੰ ਗੋਲੀ ਤਾਂ ਮਾਰੀ ਕਿਉਂ ਕਾਂਗਰਸ ਨਾਲ ਜੁੜੇ ਹੋਏ ਸੀ ਜੇ ਤੀ ਆਨੂੰ ਤਾਕਤ ਦਿੰਦੇ ਤਾਂ ਹੀ ਤਾਂ ਅਸੀਂ ਸਾਡਾ ਸਿਸਟਮ ਸਟਰੋਂਗ ਹੋਊਗਾ ਤਾਂ ਹੀ ਤਾਂ ਅਸੀਂ ਕਰਾਂਗੇ ਕਿਹਦੇ ਕੋਲ ਜਾਣਗੇ ਸਾਡੀਆਂ ਬੱਚੀਆਂ ਜੇ ਕੋਈ ਤੁਸੀਂ ਲੇਡੀਜ਼ ਨੂੰ ਰੱਖਣਾ ਹੀ ਨਹੀਂ ਅੱਜ ਤਿੰਨ ਤਿੰਨ ਕੁੜੀਆਂ ਦੀ ਤੁਸੀਂ ਟਿਕਟਾਂ ਕੱਟਦੇ ਹੋ ਕਿਹਨੂੰ ਪੁੱਛ ਕੇ ਕੱਟੀਆਂ ਬਹੁਤ ਹੀ ਦੁੱਖ ਹੈ ਕਿਉਂਕਿ ਰਾਜਨੀਤੀ ਐਸ ਤਰ੍ਹਾਂ ਚੱਲਦੀ ਹੈ ਮੈਨੂੰ ਪੁਰਾਣੇ ਉਮੀਦ ਸੀ ਕਾਂਗਰਸ ਪਾਰਟੀ ਦੇ ਜਿਨ੍ਹਾਂ ਸਾਡੇ ਸੀਨੀਅਰਜ਼ ਨੇ ਸਾਡੀ ਹਾਈ ਕਮਾਂਡ ਜਿਹਨੂੰ ਅਸੀਂ ਕਹਿੰਦੇ ਆ ਸੋਨੀਆ ਜੀ ਰਾਹੁਲ ਜੀ ਔਰ ਪ੍ਰਿਆੰਕਾ ਜੀ ਕਿ ਇਹ ਤਾਂ ਕਹਿੰਦੇ ਸੀ ਲੜਕੀ ਹੂੰ ਲੜ ਸਕਦੀ ਹੂੰ ਔਰ ਮੈਨੂੰ ਪੂਰਨ ਉਮੀਦ ਸੀ ਕਿ ਲੜਕੀਆਂ ਨੂੰ ਚਾਂਸ ਮਿਲ ਰਹੇ ਨੇ ਔਰ ਲੜਕੀਆਂ ਬਹੁਤ ਅੱਛੇ ਤਰੀਕੇ ਨਾਲ ਆਪਣੇ ਜਿਵੇਂ ਪਰਿਵਾਰ ਨੂੰ ਸੰਭਾਲਦੀਆਂ ਨੇ ਉਸੇ ਤਰ੍ਹਾਂ ਹੀ ਅਸੀਂ ਆਪਣੇ ਦੇਸ਼ ਨੂੰ ਸੰਭਾਲਦੀਆਂ ਨੇ ਸੋ ਮੈਨੂੰ ਬਹੁਤ ਦੁੱਖ ਹੈ ਕਿ ਸਿਆਸਤ ਇਸ ਤਰ੍ਹਾਂ ਚੱਲਦੀ ਹੈ ਕਿ ਤੁਸੀਂ ਇਹ 10 ਸਾਲ ਪਹਿਲਾਂ ਦਾ ਜਿਹੜਾ ਬੰਦਾ ਹਾਰਿਆ ਕਿ ਸਿਰਫ ਇਸ ਗੱਲ ਤੇ ਕਿ ਉਹ ਮੈਡਮ ਪੱਠਲ ਦਾ ਜਵਾਈ ਹੈ ਇਹ ਉਹਦੀ ਇੱਕ ਹਾਬਲੀਅਤ ਹੈ ਜਿਹਦੇ ਕਰਕੇ ਉਹਨੂੰ ਲੋਕਾਂ ਦਾ ਇੱਕ ਨੇਤਾ ਬਣਾ ਦਿੱਤਾ ਗਿਆ ਮੈਂ ਕਹਿੰਦੀ ਆ ਉਹਨੇ ਆਪਣੀ ਜ਼ਿੰਦਗੀ ਚ ਕੀ ਕੀ ਕੀਤਾ ਕਿਸੇ ਨੇ ਉਹਨੂੰ ਪੁੱਛਿਆ ਨਹੀਂ ਮੈਂ ਸੈਲਫ ਮੇਡ ਕੁੜੀ ਆ ਮੈਂ 5 ਸਾਲ ਦੀ ਚੋਂ ਲੋਕਾਂ ਚ ਘੁੰਮਦੀ ਆ ਔਰ ਮੈਂ ਹਾਕੀ ਨੈਸ਼ਨਲ ਲੈਵਲ ਖੇਡੀ ਅੱਜ ਉਹਦੇ ਨਤੀਜੇ ਨਾਲ 80 ਦੇ ਕਰੀਬ ਕੁੜੀਆਂ ਮੇਰੇ ਇਲਾਕੇ ਚ ਅੱਜ ਮੈਂ ਜਿਹਨਾਂ ਨੂੰ ਸ਼ੁਰੂ ਕਰਾਈ ਹਾਕੀ ਖੇਡ ਰਹੀਆਂ ਨੇ ਔਰ ਆਪਣੇ ਇਲਾਕੇ ਚ ਮੈਂ ਕਹਿੰਦੀ ਆ ਗਲੀ ਗਲੀ ਚ ਨਾ ਕੋਈ ਮੈਂ ਗਲੀ ਛੱਡੀ ਨਾ ਮੈਂ ਕੋਈ ਆਪਣਾ ਪਰਿਵਾਰ ਛੱਡਿਆ ਜਿਹਦੀ ਮੈਂ ਨਾ ਸੁਣਵਾਈ ਕਰਵਾਈ ਹੋਵੇ ਆਪਣੇ ਸਿਸਟਮ ਚ ਰਹਿ ਕੇ ਇੱਥੇ ਇੰਨਾ ਕੰਮ ਹੋਇਆ 5 ਸਾਲ ਚ ਕਿਉਂਕਿ ਮੇਰੇ ਭਾਗ ਚੰਗੇ ਸੀ ਸਰਕਾਰ ਬਣਨ ਨਾਲ ਮੈਨੂੰ 5 ਸਾਲ ਟਾਈਮ ਮਿਲਿਆ ਔਰ ਅੱਜ ਜਦੋਂ 5 ਸਾਲ ਇਸ ਧੀ ਨੇ ਆਪਣੇ ਹਰ ਇੱਕ ਪੰਜਾਬ ਦੀ ਧੀ ਬਣ ਕੇ ਕੋਸ਼ਿਸ਼ ਕੀਤੀ ਔਰ ਸਾਡੀ ਪਾਰਟੀ ਜੀ ਮੈਂ ਇਹ ਹੈਰਾਨ ਆ ਕਿ ਸਾਡੇ ਲੀਡਰਸ ਨੇ ਕਿਸ ਤਰ੍ਹਾਂ ਕੀ ਇਹ ਉੱਪਰ ਹਾਈ ਕਮਾਂਡ ਨੂੰ ਦੱਸਿਆ ਕਿ ਇਹ ਜਿਹੜਾ 10 ਸਾਲ ਪੁਰਾਣਾ ਬੰਦਾ 10 ਸਾਲ ਚ ਤਾਂ ਬੱਚਾ ਜਵਾਨ ਹੋ ਜਾਂਦਾ ਹੈ ਜੀ ਉਹਨੂੰ ਤੁਸੀਂ ਸਾਡੇ ਮੱਥੇ ਮੜਤਾ ਔਰ ਕਾਲੀਦਾਲੇ ਇਦਾਂ ਗ੍ਰੈਬ ਕਰੀ ਬੈਠੇ ਸਾਡੀ ਸੀਟ ਨੂੰ ਅਸੀਂ ਕਿੱਥੇ ਨਿਕਲਾਂਗੇ ਅਸੀਂ ਤਾਂ ਉਹਦੇ ਚ ਫਸੇ ਬੈਠੇ ਆਂ ਇਹ ਛੋਟੀ ਜੀ ਗੱਲ ਮੈਂ ਤੁਹਾਨੂੰ ਸੁਣਾਉਣੀ ਹੈ ਛੋਟੀ ਸਾਡੀ ਇਲੈਕਸ਼ਨ ਹੋਈ ਸੀ ਉਹਦੇ ਚ ਵੀ ਇਹਨਾਂ ਨੇ ਇਨਿਆਇ ਕੀਤਾ ਇਹ ਆਪਣੇ ਕਿਸੇ ਚਾਹਤੇ ਨੂੰ ਕਾਂਗਰਸ ਵਿੱਚ ਇਹਨਾਂ ਦੇ ਚਾਹਤੇ ਬੜੇ ਨੇ ਆ ਕਾਲੀਆਂ ਦੇ ਉਹਦੇ ਤੋਂ ਕਹਿ ਕੇ ਟਿਕਟ ਲੈ ਲਈ ਤੇ ਉਥੇ ਕਾਲੀਦਲ ਜਿਤਾਤਾ ਜਿਹੜੀ ਸੀਟ ਅਸੀਂ 450 ਤੇ ਜਿੱਤੀ ਸੀ ਉਹ 80 ਵੋਟਾਂ ਪਈਆਂ ਇਹ ਤਰੀਕਾ ਇੱਥੇ ਸਾਂਨੇ ਵਾਲੀ ਕਾਂਗਰਸ ਦਾ ਇਹਨਾਂ ਨੇ ਆ ਹਲ ਕੀਤਾ ਹੋਇਆ ਲੀਡਰਾਂ ਨੇ ਅੱਜ ਤੁਸੀਂ 10 ਸਾਲ ਪੁਰਾਣਾ ਲੀਡਰ ਚਾਕੇ ਸਾਡੇ ਮੱਥੇ ਮਾਰਿਆ ਜਿਹਨੂੰ ਸਾਡਾ ਪਤਾ ਹੀ ਨਹੀਂ ਵੀ ਮੈਂ ਕੰਮ ਕੀ ਕਰਾਇਆ ਇਲਾਕੇ ਦੇ ਲੋਕਾਂ ਦਾ ਕਿਹਦੇ ਕੋਲ ਜਾਣਾ ਉਹਨੂੰ ਪਤਾ ਹੀ ਕੱਖ ਨਹੀਂ ਉਹਨੇ ਚਾਰ ਬੋਰਡ ਜੂੜ ਲਾਏ ਨੇ ਇਹ ਕੀ ਤਰੀਕਾ ਹੈ ਪਾਰਟੀ ਦਾ ਤੁਹਾ ਮੈਂ ਤਾਂ ਸਖਤ ਵਿਰੋਧ ਕਰਦੀ ਆਂ ਔਰ ਪੰਜਾਬ ਦੇ ਜਿੰਨੇ ਲੀਡਰ ਨੇ ਜਿਹੜੇ ਆਏ ਇੱਥੇ ਚਾਹੇ ਕੋਈ ਇੰਚਾਰਜ ਆ ਚਾਹੇ ਪ੍ਰਧਾਨ ਆ ਚਾਹੇ ਮੁੱਖ ਮੰਤਰੀ ਕੀ ਇਹਨਾਂ ਦਾ ਫਰਕ ਨਹੀਂ ਪੈਂਦਾ ਉੱਥੇ ਸਹੀ ਆਵਾਜ਼ ਪਹੁੰਚਾਉਣ ਦਾ ਤੁਹਾਡੀ ਕੋਈ ਗੱਲਬਾਤ ਹੋਈ ਹਾਲੀਆ ਮੈਨੂੰ ਤੁਹਾਡੇ ਰੈਲੀ ਕਿਤੀ ਨਹੀਂ ਤੁਹਾਡੇ ਬਿਲਕੁਲ ਜੀ ਮੈਨੂੰ ਉਹਨਾਂ ਨੇ ਟਾਈਮ ਦਿੱਤਾ ਮੈਂ ਖੁਸ਼ੀ ਮਹਿਸੂਸ ਕੀਤੀ ਕਿਉਂਕਿ ਜਿਹੜੇ ਸਾਡੇ ਮੰਨ ਲਓ ਦੂਜੀਆਂ ਪਾਰਟੀਆਂ ਦੇ ਜਿੱਤੇ ਹੋਏ ਇਲਾਕੇ ਉਹ ਪਿੱਪਲ ਬਣ ਕੇ ਇੱਥੇ ਉੱਗੇ ਹੋਣੇ ਐਡੇ ਐਡੇ ਜੜਾ ਬਣਾ ਲਿਆ ਉਹਨਾਂ ਨੇ ਹਾਂਜੀ ਉਹ ਇਸ ਕਰਕੇ ਮੈਂ ਤਾਂ ਖੁਸ਼ੀ ਖੁਸ਼ੀਦਾਰ ਕੀਤੀ ਕਿ ਜਦੋਂ ਸਾਡੀ ਪਹਿਲੀ ਇੱਕ ਬੰਦੇ ਦਾ ਕੱਟ ਹੋਇਆ ਔਰ ਔਰ ਸਾਰੇ ਨੌਨ ਸਿਆਸੀ ਬੰਦੇ ਸੀਗੇ ਕਿਉਂਕਿ ਸਿਆਸੀ ਬੰਦੇ ਤਾਂ ਇਹਨਾਂ ਨੇ ਨਾਲ ਜੋੜੇ ਹੋਏ ਆ ਉਹ ਵਿਰੋਧ ਕਰਨ ਲੱਗੇ ਹੋਏ ਨੇ ਸਮਝ ਗਏ ਤੁਸੀਂ ਇਸ ਤਰ੍ਹਾਂ ਦੀ ਗੇਮ ਚਲਾ ਕੇ ਇਹਨਾਂ ਨੇ ਸਾਹਨੇ ਵਾਲ ਨੂੰ ਇੱਕ ਜਕੜਿਆ ਹੋਇਆ ਆਕਾਲੀ ਦਲ ਨੇ ਮੈਂ ਲੋਕਾਂ ਨੂੰ ਕਹਿਣਾ ਚਾਹੂੰਗੀ ਪੁੱਛਣਾ ਜ਼ਰੂਰ ਕਿ ਜਿਹੜਾ ਬੰਦਾ ਤੁਹਾਡੇ ਤੋਂ ਵੋਟ ਮੰਗਣ ਆਉਂਦਾ ਤੂੰ ਕੀ ਕੀਤਾ ਜ਼ਿੰਦਗੀ ਚ ਮਿਹਨਤ ਕੀਤੀ ਕਦੇ ਮਿਹਨਤ ਕੀਤੀ ਹੈ ਡਿਸੀਜਨ ਤੋਂ ਨਾਰਾਜ਼ ਹੋ ਅਗਲਾ ਫੈਸਲਾ ਤੁਹਾਡਾ ਕੀ ਲੱਗ ਰਿਹਾ ਦੇਖੋ ਮੈਂ ਇਹ ਸਮਝਦੀ ਆ ਕਿ ਕਿਸਮਤ ਪਰਮਾਤਮਾ ਲਿਖਦੇ ਆ ਮੇਰੀ ਕਿਸਮਤ ਨੇ ਲਿਖੀ ਕਿ ਮੈਂ ਐਜ਼ ਆਰਟਿਸਟ ਬਹੁਤ ਲੋਕਾਂ ਚ ਵਿਚਰੀ ਮੈਨੂੰ ਤਾਂ ਚੰਗਾ ਲੱਗਦਾ ਲੋਕਾਂ ਚ ਜਾਣਾ ਮੈਨੂੰ ਸਾਰੇ ਚਿਹਰਿਆਂ ਨਾਲ ਪਿਆਰ ਹੈ ਕਿ ਮੇਰੇ ਲੋਕ ਹੈ ਇਹ 25 ਸਾਲ ਤੋਂ ਜਿਹੜਾ ਮੈਂ ਲੋਕਾਂ ਚ ਜਾਂਦਾ ਜਾਂਦਾ ਹੋਵੇ ਕਿੰਨੇ ਉਹਦੇ ਉਹਦੇ ਪਿਆਰ ਹੋਊਗਾ ਆਪਣੇ ਲੋਕਾਂ ਨਾਲ ਔਰ ਦੂਜੀ ਗੱਲ ਫਿਰ ਇਸ ਪਰਿਵਾਰ ਚ ਮੇਰਾ ਵਿਆਹ ਹੋਇਆ ਜਿਹੜਾ ਕਾਂਗਰਸ ਨਾਲ ਜੁੜਿਆ ਹੋਇਆ ਸੀਗਾ ਹੈਂ ਜੀ ਤੇ ਮੈਂ ਉੱਥੇ ਸੇਵਾ ਕਰ ਰਹੀ ਸੀ ਬੜਾ ਡਟਕੇ ਕਿਉਂਕਿ 75 ਸਾਲ ਦੀ ਸਾਡੀ ਕਾਂਗਰਸ ਨਾਲ ਜੁੜਿਆ ਇਹ ਪਰਿਵਾਰ ਸੀਗਾ ਔਰ ਸਾਡੇ ਤਾਇਆ ਜਿਹਨੂੰ ਗੋਲੀ ਤਾਂ ਮਾਰੀ ਕਿਉਂ ਕਾਂਗਰਸ ਨਾਲ ਜੁੜੇ ਹੋਏ ਸੀ ਟੈਲੀਵਿਜ਼ਨ ਤੇ ਇੰਨਾ ਕੁਝ ਕਰਕੇ ਇਹ ਕੰਮ ਕਰਕੇ ਅੱਜ ਸਾਨੂੰ ਆ ਔਰਤियां ਨੂੰ ਕਹਿੰਦੇ ਅੱਗੇ ਲੈ ਕੇ ਹੋਣਾ ਸਾਰੇ ਸ਼ਰਮਤੀਆਂ ਨਾਲ ਧੱਕਾ ਕੀਤਾ ਅੱਜ ਪਾਰਟੀ ਨੇ ਮੈਂ ਕਹਿਣਾ ਚਾਹੁੰਨੀ ਆ ਪ੍ਰਿਆੰਕਾ ਜੀ ਨੂੰ ਸੋਨੀਆ ਜੀ ਨੂੰ ਕਿ ਕੱਲ ਕੋਈ ਬੱਚੀ ਆਈ ਉਹ ਮੈਨੂੰ ਕਹਿੰਦੀ ਕਿ ਤੁਸੀਂ ਦੀਦੀ ਮੇਰੀ ਮਦਦ ਕਰੋ ਕਿਸ ਨੇ ਮੇਰੀਆਂ ਅਸ਼ਲੀਲ ਬਣਾਤੀਆਂ ਜੀ ਐਂ ਜੀ ਫੋਟੋਆਂ ਬਣਾਤੀਆਂ ਤੇ ਮੈਂ ਉਹਦੀ ਮਦਦ ਕਿਵੇਂ ਕਰਾਂ ਕਿਉਂਕਿ ਤੁਸੀਂ ਤਾਕਤ ਨਹੀਂ ਦਿੱਤੀ ਤੀ ਨੂੰ ਜੇ ਤੀ ਆਨ ਨੂੰ ਤਾਕਤ ਦਿੰਦੇ ਤਾਂ ਹੀ ਤਾਂ ਅਸੀਂ ਸਾਡਾ ਸਿਸਟਮ ਸਟਰੋਂਗ ਹੋਊਗਾ ਤਾਂ ਹੀ ਤਾਂ ਅਸੀਂ ਕਰਾਂਗੇ ਕਿਹਦੇ ਕੋਲ ਜਾਣਗੇ ਸਾਡੀਆਂ ਬੱਚੀਆਂ ਜੇ ਕੋਈ ਤੁਸੀਂ ਲੇਡੀਜ਼ ਨੂੰ ਰੱਖਣਾ ਹੀ ਨਹੀਂ ਅੱਜ ਤਿੰਨ ਤਿੰਨ ਕੁੜੀਆਂ ਦੀ ਤੁਸੀਂ ਟਿੱਕ ਟਾਂ ਕੱਟਦੇ ਹੋ ਕਿਹਨੂੰ ਪੁੱਛ ਕੇ ਕੱਟੀਆਂ ਕੀ ਸਮਝਦੇ ਹੋ ਆਪਣੇ ਐਪ ਨੂੰ ਕਿਹੜੇ ਲੀਡਰ ਦੇ ਕਹਿੰਦੇ ਕੱਟੀਆਂ ਮੈਨੂੰ ਦੱਸੋ ਕਿਹੜੀ ਨਜਾਹਤ ਤੁਸੀਂ ਕੋਈ ਨਵੀਆਂ ਬੱਚੀਆਂ ਲੈ ਕੇ ਆਏ ਹੋ ਜਾਂ ਕੋਈ ਬਹੁਤ ਵੱਡੇ ਅਸੀਂ ਕਹਿੰਦੇ ਆ ਵੀ ਬੜਾ ਭਾਈ ਇਹ ਬੰਦਾ ਕੋਈ ਕਾਬਿਲ ਹੈ ਜੀ ਇਹਦੇ ਪਿੱਛੇ ਤੁਰ ਪੈਣੇ ਤੁਰ ਪਿੰਦੇ ਤੁਸੀਂ ਬਜਾਤਾ ਦੱਸੋ ਤੁਸੀਂ ਕੀ ਨੁਕਸਾਨ ਕਰ ਰਹੇ ਪੰਜਾਬੀਆਂ ਨੂੰ ਕੀ ਸਮਝਿਆ ਤੁਸੀਂ ਕੀ ਲੱਗਦਾ ਜੀ ਮੈਡਮ ਪੱਠਲ ਆਪ ਵੀ ਸੀਟ ਲੜ ਰਹੇ ਨੇ ਤੇ ਇੱਕ جنگ ਲੜਨੀ ਔਖੀ ਹੈ ਇੱਕ جنگ ਲੜਨੀ ਔਖੀ ਹੈ ਮੈਡਮ ਪੱਠਾ ਨੂੰ ਮੈਂ ਕਹਿਣਾ ਚਾਹੂਗੀ ਤੁਸੀਂ ਆਪਣੀ ਸੀਟ ਜਿੱਤਦੇ ਉੱਥੇ ਸਾਰੇ ਟੱਬਰ ਨੂੰ ਲੜਾਉਂਦੇ ਇੱਥੇ ਕਾਹਦੇ ਲਈ ਭੇਜਿਆ ਆਪਣਾ ਜਵਾਈ ਦੱਸੋ ਮੈਨੂੰ ਤੁਸੀਂ ਇਕੱਲੇ ਹੀ ਰਹਿ ਕੇ ਕਾਂਗਰਸੀ ਬਾਕੀ ਕਿੱਥੇ ਜਾਣਗੇ ਮਿਹਨਤ ਦੀ ਕੀਮਤ ਨਹੀਂ ਮਿਲ ਪਾਰੀ ਬਿਲਕੁਲ ਮੈਂ ਤੁਸੀਂ ਸਾਰੇ ਜਾਣਦੇ ਹੋ ਮੇਰੇ ਇਲਾਕੇ ਦੇ ਸਾਰੇ ਪੱਤਰਕਾਰ ਜਾਣਦੇ ਆ ਮੇਰੇ ਲੋਕ ਜਾਣਦੇ ਆ ਕਿ ਸਾਹਨੇ ਵਾਲ ਹਲਕੇ ਚ ਸ਼ਰੀ ਆਮ ਇੱਥੇ ਇਹ ਵੀ ਅਕਾਲੀ ਦਰ ਇੱਥੇ ਜਿੱਤ ਜਾਈ ਦੀ ਬਸ ਇਹਨਾਂ ਨੇ ਕੀ ਲੋਕਾਂ ਨੂੰ ਫਰਕ ਪੈਣਾ ਹੈ ਫਰਕ ਲੋਕਾਂ ਨੂੰ ਪੈਂਦਾ ਹੈ ਕਿ ਉਹ ਇੱਕ ਗੰਦੇ ਸਿਸਟਮ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੇ ਕੀ ਫਰਕ ਪੈਂਦਾ ਉਹ ਤਾਂ ਉੱਪਰ ਬੈਠੇ ਆ ਸਾਰੇ ਜੱਟਾ ਤਾਂ ਲੈ ਕਿਸੇ ਹੋਰ ਇਲਾਕੇ ਦੇ ਤੁਹਾਨੂੰ ਅਗਰ ਸੀਟ ਦਿੱਤੀ ਜਾਵੇ ਮੇਰੀ ਗੱਲ ਸੁਣੋ ਮੈਂ ਆਪਣਾ ਇਲਾਕਾ ਕਿਉਂ ਛੱਡਾਂ ਆਪਾਂ ਲੀਡਰ ਕਹਿੰਦੇ ਵੀ ਇਲਾਕੇ ਦਾ ਹੋਵੇ ਮੇਰੇ ਇੱਥੇ 160 ਪਿੰਡ ਨੇ ਉਹ ਮਿੰਟ ਚ ਮੇਰੇ ਘਰ ਤੱਕ ਲੋਕਾਂ ਨਾਲ ਭਰੇ ਰਹਿੰਦਾ ਰੋਜ਼ ਕੋਈ ਮੇਰੇ ਦੁੱਖ ਦੇ ਆਉਂਦਾ ਕੋਈ ਸੁੱਖ ਦੇ ਆਉਂਦਾ ਇਹਦਾ ਮਤਲਬ ਘਰ ਛੱਡਾ ਕੇ ਤੁਸੀਂ ਭਜਾ ਦਿਓ ਮੈਨੂੰ ਟਿਕਟਾਂ ਦਾ ਹਾਲਚਾ ਮੈਂ ਕਹਿੰਦੇ ਥੱਕਾ ਕੀਤਾ ਸ਼ਰਿਆਮ ਕੁੜੀਆਂ ਨਾਲ ਟਿਕਟਾਂ ਦਾ ਸਾਨੂੰ ਲਾਲਚ ਨਹੀਂ ਕਿਸੇ ਪਰਿਵਾਰ ਨੂੰ ਅਮਰੀਕਾ ਨੂੰ ਛੱਡ ਕੇ ਮੈਂ ਇੱਥੇ ਸੇਵਾ ਕਰਨੀ ਆ ਇੱਕ ਬੰਦਾ ਛੱਡ ਕੇ ਆਇਆ ਸੀ ਅਮਰੀਕਾ ਕਰਤਾਰ ਸਿੰਘ ਸਰਾਬਾ ਜਿਹਦੀਆਂ ਮੈਂ ਵਾਰਾਂ ਗਈਆਂ ਇਹ ਪਾ ਮਨੇ ਮੇਰੀ ਬਿਲਕੁਲ ਦੁੱਖ ਨੂੰ ਦੁੱਖ ਤਾਂ ਜਿਵੇਂ ਟਿਕਟਾਂ ਜਿਵੇਂ ਬੀਚੀਆਂ ਜਾ ਰਹੀਆਂ ਨੇ ਕੋਈ ਐਫਰੋ ਰੌਪ ਲੱਗ ਰਹੇ ਨੇ ਕੀ ਲੱਗਦਾ ਤੁਹਾਨੂੰ ਕੀ ਜਿਸ ਤਰੀਕੇ ਨਾਲ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਜਿਹੜੇ ਲੀਡਰ ਸੱਚਾਈ ਨਹੀਂ ਦੱਸ ਸਕਦੇ ਸਾਡੀ ਹਾਈ ਕਮਾਂਡ ਨੂੰ ਕਿ ਉੱਥੇ ਕੀ ਚੱਲ ਰਿਹਾ ਹੈ ਕਿਸ ਤਰ੍ਹਾਂ ਦਾ ਉਹ ਏਰੀਆ ਬਣ ਚੁੱਕਿਆ ਹੈ ਕਿਸ ਤਰ੍ਹਾਂ ਉੱਥੇ ਕੰਮ ਹੋ ਰਿਹਾ ਹੈ ਉਹ ਤਾਂ ਤੁਸੀਂ ਕੀ ਉਮੀਦਾਂ ਕਰਾਂਗੇ ਅੱਗੇ ਅੱਗੇ ਸਾਡੇ ਜਿਹੜੇ ਮੁੱਦੇ ਹੋਣਗੇ ਪੰਜਾਬ ਦੇ ਸੀਰੀਅਸ ਮੁੱਦੇ ਹੋਣਗੇ ਇਹ ਦੱਸਣਗੇ ਜਾ ਕੇ ਉੱਥੇ ਦਿੱਲੀ ਸੂਬੇ ਪ੍ਰਧਾਨ ਦੇ ਵੀ ਨਹੀਂ ਗੱਲ ਮੰਨੀ ਗਈ ਤੁਹਾਨੂੰ ਤਾਪੜੀ ਲੱਗਿਆ ਮੈਨੂੰ ਮੈਨੂੰ ਮੇਰੀ ਗੱਲ ਸੁਣਾ ਮੈਂ ਤਾਂ ਕੰਮ ਕਰ ਸਕਦੀ ਹਾਂ ਅਸੀਂ ਕੰਮ ਬੈਸਟ ਕੀਤਾ ਥੋੜੀਆਂ ਵੋਟਾਂ ਤੇ ਅਸੀਂ ਹਾਰੇ ਸੀਗੇ ਉਸ ਤੋਂ ਬਾਅਦ ਜਿੰਨੀਆਂ ਛੋਟੀਆਂ ਇਲੈਕਸ਼ਨਾਂ ਹੋਈਆਂ ਸਾਰਾ ਦੀਆਂ ਸੀ ਜਿੱਤੇ ਆ ਭਾਵੇਂ ਲੱਖੁਰੇ ਕਾਂਗਰਸ ਦੇ ਵਿੱਚ ਬੜੇ ਹੋਏ ਜਿਹੜੇ ਅਕਾਲੀਆਂ ਨਾਲ ਤਾਰਾਂ ਜੁੜੀਆਂ ਜਿਨ੍ਹਾਂ ਦੀ ਉਹ ਮੇਰਾ ਵਿਰੋਧ ਕਰਦੇ ਸੀ ਪਹਿਲੇ ਦਿਨ ਤੋਂ ਤਾਂ ਵੀ ਮੇਰਾ 10000 ਬੰਦਾ ਪਹੁੰਚਾਇਆ ਰੈਲੀ ਤੇ ਕੀ ਤੁਸੀਂ ਲੋਕ ਹਿੱਤ ਚ ਕਰ ਰਹੇ ਹੋ ਗੱਲ ਨਿੱਜੀ ਨਹੀਂ ਗੱਲ ਗੱਲ ਹੈਗੀ ਛੜੀ ਅੰਤਰ ਦੀ ਜਿਹੜੀ ਛੋਟੀ ਸੀਟ ਵੀ ਇਹਨਾਂ ਨੇ ਮਿਲ ਕੇ ਦਿੱਤੀ ਅੱਜ ਵੱਡੀ ਸੀਟ ਵੀ ਮਿਲ ਕੇ ਦਿੱਤੀ ਤਾਂ ਕਿ ਅਕਾਲੀ ਦਲ ਇੱਥੇ ਕਬਜ਼ਾ ਕਰਦਾ ਰਹੇ ਪਰ ਅਕਾਲੀ ਦਲ ਮੈਂ ਦੱਸਣਾ ਚਾਹੁੰਨੀ ਆ ਰੱਬ ਤੋਂ ਵੀ ਡਰਨਾ ਚਾਹੀਦਾ ਰੱਬ ਦੀਆਂ ਵੀ ਇੱਕ ਹੈਗੇ ਆ ਜਿਹੜੇ ਲੀਡਰ ਹੈ ਨਾ ਇਹ ਰੱਬ ਬਣਾਉਂਦਾ ਅਗਲਾ ਫੈਸਲਾ ਕਿ ਆਜ਼ਾਦੀ ਲਈ ਲੜੋਗੇ ਜਾਂ ਆਜ਼ਾਦ ਲੜੋਗੇ ਦੇਖੋ ਜੀ ਮੈਂ ਮੇਰੀ ਕਿਸਮਤ ਹੈ ਮੈਂ ਕੋਸ਼ਿਸ਼ ਕਰ ਰਹੀ ਹਾਂ ਮੈਂ ਆਪਣਾ ਅਗਲਾ ਭਵਿੱਖ ਕੀ ਮੇਰਾ ਹੋਣਾ ਹੈ ਉਹਦਾ ਉਹ ਮੇਰੇ ਪਰਮਾਤਮਾ ਜਿਸ ਨੇ ਮੈਨੂੰ ਅਕਲ ਬਖਸ਼ਣਗੀ ਜਾਂ ਜੋ ਵੀ ਮੇਰੇ ਹਾਲਾਤ ਹੋਣਗੇ ਉਸ ਹੱਬ ਨਾਲ ਮੈਂ ਬੈਸਟ ਆਪਣਾ ਫੈਸਲਾ ਲਵਾਂ ਔਰ ਜੇ ਤੁਹਾਨੂੰ ਕਿਤੋਂ ਹੋਰ ਟਿਕਟ ਦੇਣ ਤੇ ਉਹ ਤਾਂ ਨਹੀਂ ਲਵਾਂਗੇ ਮੇਰੀ ਗੱਲ ਸੁਣੋ ਜੀ ਪਹਿਲਾਂ ਗੱਲ ਜਦੋਂ ਜਿਹੜੇ ਇਲਾਕੇ ਦਾ ਆਪਣੇ ਦਾ ਤੁਹਾਨੂੰ ਪਿਆਰ ਹੁੰਦਾ ਪਰ ਇਹ ਸਿਆਸਤ ਹੈ ਜੇ ਮੇਰੇ ਲੋਕਾਂ ਲਈ ਮੈਨੂੰ ਕਿਤੇ ਵੀ ਤਾਕਤ ਮਿਲਦੀ ਹੈ ਤਾਂ ਮੈਂ ਡਟ ਕੇ ਲੜੂੰਗੀ ਔਰ ਕੋਈ ਗੱਲ ਨਹੀਂ ਇਹ ਤਾਂ ਟਾਈਮ ਹੈ ਇਹ ਥੋੜੀਆਂ ਵੀ ਤਾਂ 20-20 ਸਾਲ ਦੇ ਬੈਠੇ ਨੇ ਕੱਲ ਨੂੰ 20 ਸਾਲ ਬਾਅਦ ਮੈਂ ਇਹਨਾਂ ਨੂੰ ਹਲਾ ਕੇ ਛੱਡ ਦੂੰ ਮੈਂ ਇਹਨਾਂ ਨੂੰ ਦੇਖੂੰਗੀ ਕਿਵੇਂ ਹਲਕੇ ਇਹ ਕਿਹੜੇ ਚ ਵੜ ਕੇ ਦਿਖਾਉਂਦੇ ਨੇ ਇਹ ਤਾਂ ਟਾਈਮ ਟਾਈਮ ਦੀ ਤਰੀਕਾ ਹੈ ਕੁਦਰਤ ਨੇ ਬਣਾਉਣਾ ਹੁੰਦਾ ਹੈ ਕਿਸੇ ਨਾਲ ਗੱਲਬਾਤ ਹੋਈ ਟਿਕਟ ਦੇ ਬਾਰੇ ਕਿਹੜੀ ਟਿਕਟ ਆ ਸਾਡੀ ਬਾਰੇ ਇਲੈਕਸ਼ਨ ਲੜਨ ਦੇ ਕਿਸੇ ਹੋਰ ਨੂੰ ਦੇਖੋ ਮੈਂ ਤਾਂ ਮੈਂ ਹੁਣ ਕੀ ਗੱਲ ਹੋਣੀ ਹੈ ਜਾਂ 6 ਸਾਲ ਚ ਸਾਡੀ ਕੋਈ ਗੱਲ ਨਹੀਂ ਸੁਣੀ ਕਾਹਦੇ ਲਈ ਮੈਂ ਗੱਲਾਂ ਕਰ ਰਿਹਾ ਇਹਨਾਂ ਨਾਲ ਮੈਨੂੰ ਦੱਸੋ ਤੁਸੀਂ ਸਰੇ ਹਾਂ ਮੈਂ ਕਹਿੰਦੇ ਕੁੜੀਆਂ ਨੂੰ ਲੈ ਕੇ ਹੁਣ ਕੁੜੀਆਂ ਸਿਆਸਤ ਚਾਹੀਆਂ ਕਿੰਨੇ ਕਿੰਨੇ ਆ ਗਿਣਤੀ ਦੀਆਂ 4-5 ਕੁੜੀਆਂ ਨੇ ਜਿਨ੍ਹਾਂ ਨੂੰ ਅੱਜ ਕਾਂਗਰਸ ਨੇ ਖਤਮ ਕੀਤਾ ਕਿਸੇ ਹੋਰ ਪਾਰਟੀ ਦਾ ਝੰਡਾ ਫੜੋਗੇ ਦੇਖੋ ਮੈਂ ਆਪਣੇ ਲੋਕਾਂ ਲਈ ਹਾਂ ਮੇਰੇ ਲੋਕਾਂ ਨੂੰ ਮੈਂ ਪਿਆਰ ਕਰਦੀ ਹਾਂ ਪਹਿਲੀ ਗੱਲ ਔਰ ਲੋਕ ਹਿੱਤ ਚ ਕੁਝ ਵੀ ਹੋਊਗਾ ਮੈਂ ਕਿਤੇ ਵੀ ਹੋਵਾਂ ਇਹ ਤਾਂ ਕੰਪਨੀਆਂ ਬਣਾ ਲੀਆਂ ਇਹਨਾਂ ਨੇ ਮੈਂ ਕਿਤੇ ਵੀ ਹੋਵਾਂ ਮੈਂ ਆਪਣੇ ਲੋਕਾਂ ਦੇ ਹਿੱਤ ਚ ਕੰਮ ਕਰਦੀ ਰਹੂੰ ਜਿਹੜੀ ਐਲੈਕਸ਼ਨ ਜ਼ਰੂਰ ਲੜੋਗੇ ਮਤਲਬ ਦੇਖੋ ਲੜਨਾ ਧਰ ਮੈਂ ਇੱਕ ਸਿੱਖ ਦਾ ਮੇਰੇ ਗੁਰੂ ਨੇ 40 ਸਿੰਘਾਂ ਨਾਲ ਲੜਾਈ ਲੜੀ 10 ਲੱਖ ਫੌਜ ਨਾਲ ਚਮਕੌਰ ਦੀ ਗੜੀ 'ਚ ਕਿਉਂ ਲੜੀ ਉਹ ਵੀ ਕਹਿੰਦੇ ਮੈਂ ਸਮਝੌਤਾ ਕਰ ਲੈਣਾ ਮੈਨੂੰ ਕੀ ਲੋੜ ਐ ਲੜਾਈ ਲੜਨ ਦੀ ਲੋਕਾਂ ਲਈ ਲੜੀ ਅਸੀਂ ਉਸ ਗੁਰੂ ਦੇ ਸਿੱਖਾਂ ਲੜਨਾ ਸਾਨੂੰ ਸਾਡੇ ਗੁਰੂ ਸਿਖਾ ਕੇ ਗਏ ਨੇ ਜੇ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਮੋਦੀ ਸਾਹਿਬ ਨਾਲ ਜਾ ਕੇ ਉੱਥੇ ਨਾ ਅਸੀਂ ਵਿਦਰੋਹ ਕਰਦੇ ਤਾਂ ਕੀ ਸਾਡੇ ਅੱਜ ਵਾਪਸ ਹੋ ਜਾਂਦੇ ਕਾਨੂੰਨ ਇਹ ਸਾਡੇ ਖੂਨ ਚ ਹੈ ਅਸੀਂ ਕਿਵੇਂ ਚੁੱਪ ਰਹਾਂਗੇ ਮੈਡਮ ਜੀ ਲਾਸਟ ਸਵਾਲ ਹੈਗਾ ਕਿ ਤੁਸੀਂ ਕਾਫੀ ਹਲਕਾ ਤੁਹਾਨੂੰ ਪਿਆਰ ਕਰਦਾ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਇਸ ਵਾਰ ਲੜਨਾ ਜ਼ਰੂਰ ਹੈ ਮੈਦਾਨ ਦੇ ਵਿੱਚ ਤਾਂ ਤੁਸੀਂ ਉਤਰ ਹੀ ਗਏ ਹੋ ਤੁਸੀਂ ਕਹਿ ਰਹੇ ਹੋ ਕਿ ਹਲਕਾ ਛੱਡੂੰਗੀ ਮਤਲਬ ਯਾ ਕਿ ਆਪਣੇ ਦੇਖੋ ਹਾਲਾਤ ਕੁਦਰਤ ਬਣਾਉਂਦੀ ਹੈ ਪਰਮਾਤਮਾ ਬਣਾਉਂਦਾ ਹੈ ਮੈਨੂੰ ਕਿਹੜਾ ਇਹ ਪਤਾ ਸੀ ਕਿ ਮੈਂ ਇਹ ਹਾਲਾਤ ਚ ਇਸ ਤਰੀਕੇ ਨਾਲ ਮੈਂ ਆਪਣੇ ਲੋਕਾਂ ਦੇ ਸਾਹਮਣੇ ਹੋਣਾ ਮੈਂ ਤਾਂ ਆਪਣਾ ਜੀਵਨ ਚਲਾ ਰਹੀ ਹਾਂ ਜੀਵਨ ਜਿਹੜਾ ਪਰ ਚਲਾਉਣ ਵਾਲਾ ਉੱਪਰ ਬੈਠਾ ਹੈ ਇਹ ਜਿਹੜੇ ਥੱਲੇ ਵਾਲੇ ਨੇ ਨਾ ਇਹਨਾਂ ਨੂੰ ਲੱਗਦਾ ਹੈ ਮੈਂ ਬਹੁਤ ਕੁਝ ਕਰਦਾ ਦੂਜੇ ਦੀ ਕਿਸਮਤ ਆ ਬਦਲਦਾ ਕੋਈ ਕਿਸੇ ਦੀ ਕਿਸਮਤ ਹੀ ਬਦਲ ਸਕਦਾ ਕਿਸਮਤ ਪਰਮਾਤਮਾ ਲਿਖਦੇ ਹੈ ਮੇਰੀ ਕਿਸਮਤ ਚ ਜੋ ਉਹਨਾਂ ਨੇ ਲਿਖਿਆ ਹੋਊਗਾ ਮੈਂ ਖੜੇ ਮੈਂ ਇੱਥੇ ਪ੍ਰਮਾਣ ਕਰੂੰਗਾ ਕੋਹ ਨਾਲ ਲੜੂੰਗਾ ਵੈਸੇ ਬਈ ਜੇ ਮੇਰੀ ਕਿਸਮਤ ਚ ਲਿਖਿਆ ਲੀਡਰ ਬਣਨਾ ਪਰਮਾਤਮਾ ਨੇ ਮੈਨੂੰ ਲੜਾਉਣਾ ਹੈ ਤਾਂ ਮੈਂ ਕਿਉਂ ਮੈਂ ਕਿਵੇਂ ਰੁਕ ਸਕਦੀ ਹਾਂ